ਕਾਪਨਗਰ ਤੋਂ ਪਹਿਲਾਂ ਅਸੀਂ ਕਾਂਗਰਸ ਪਾਰਟੀ ਨਾਲ ਚੱਲਦੇ ਹੁੰਦੇ ਸੀ। ਕਾਂਗਰਸ ਪਾਰਟੀ ਦੇ ਸਾਨੂੰ ਕੰਮ ਵਧੀਆ ਨਹੀਂ ਲੱਗਿਆ ਅਤੇ ਅਸੀਂ ਹੁਣ ਇਸ ਟਾਈਮ ਆਮ ਆਦਮੀ ਦੀ ਸਰਕਾਰ ਪੰਜਾਬ ਵਿੱਚ ਆਉਣੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਸਕੂਲਾਂ ਦੀਆਂ ਸਹੂਲਤਾਂ ਹੋ ਗਈਆਂ, ਹੋਸਪਿਟਲਾਂ ਦੀਆਂ ਸਹੂਲਤਾਂ ਹੋ ਗਈਆਂ, ਬਿਜਲੀ ਦੇ ਬਿੱਲ ਦੀਆਂ ਸਹੂਲਤਾਂ ਹੋ ਗਈਆਂ। ਇਹ ਸਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਐਮ ਪੀ ਜੇ ਉਹਨਾਂ ਦੀ ਸਰਕਾਰ ਬਣਦੀ ਆ ਅਤੇ ਇਹ ਸਹੂਲਤਾਂ ਜੋ ਦਿੱਲੀ ਦੇ ਰੱਖੀ ਸੀ, ਅਸੀਂ ਜਿੰਨੇ ਵੀ ਲੁਥਰਾ ਬਰਾਦਰੀ ਤੋਂ, ਬੱਗਾ ਬਰਾਦਰੀ ਤੋਂ, ਪਿੰਡਾ ਬਰਾਦਰੀ ਤੋਂ, ਜਿੰਨਾ ਵੀ ਸਾਰੇ ਸਾਡੀ ਸੁਨਿਆਰਾ ਬਰਾਦਰੀ ਆ, ਅਸੀਂ ਸਾਰੇ ਹੀ ਹਲਕਾ ਆਤਮਨਗਰ ਤੋਂ ਕੁਲਵੰਤ ਸਿੰਘ ਸਿੱਧੂ ਜੀ ਦਾ ਸਾਥ ਦੇਵਾਂਗੇ ਅਤੇ ਉਹਨਾਂ ਨਾਲ ਹੀ ਚੱਲਾਂਗੇ। ਆਮ ਆਦਮੀ ਪਾਰਟੀ ਦੇ MLA ਨੂੰ ਇਹਨਾਂ ਨੂੰ ਜਿਤਾਉਣਾ ਸੀ ਇੱਥੋਂ ਕੁਲਵੰਤ ਸਿੱਧੂ ਜੀ ਨੂੰ, ਅਤੇ ਸਾਡੀ ਉਮੀਦ ਆ ਕਿ ਸਾਰੇ ਜਾਣੇ ਆਦਮੀ ਪਾਰਟੀ ਜਿੰਦਰ ਸਿੰਘ ਹਲਕਾ ਆਤਮਨਗਰ ਤੋਂ। ਅਸੀਂ ਸਾਰੇ ਹੀ ਇਸ ਟਾਈਮ ਕੁਲਵੰਤ ਸਿੱਧੂ ਜੀ ਸਪੋਰਟ ਕਰ ਰਹੇ ਹਾਂ। ਆਮ ਆਦਮੀ ਪਾਰਟੀ ਤੋਂ ਕੁਲਵੰਤ ਸਿੱਧੂ ਜੀ ਨੂੰ ਸੀਟ ਦੇ ਕੇ, ਹਲਕਾ ਆਤਮਨਗਰ ਤੋਂ ਕੁਲਵੰਤ ਕੇਜਰੀਵਾਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਡੇ ਆਉਣ ਵਾਲੇ MLA ਕੁਲਵੰਤ ਸਿੱਧੂ ਹੀ ਹੋਣਗੇ। ਅਸੀਂ ਕਾਂਗਰਸ ਪਾਰਟੀ ਨਾਲ ਪਹਿਲਾਂ ਬੜੀ ਦੇਰ ਰਹਿੰਦੇ ਰਹੇ ਹਾਂ, ਕਾਂਗਰਸ ਪਾਰਟੀ ਨੇ ਸਾਡਾ ਕੁਛ ਨਹੀਂ ਸਵਾਰਿਆ ਅਤੇ ਅਸੀਂ ਹੁਣ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਹਾਂ। ਆਮ ਆਦਮੀ ਪਾਰਟੀ ਦੇ ਨਾਲ ਹੀ ਅਸੀਂ ਕੁਲਵੰਤ ਸਿੰਘ ਸਿੱਧੂ ਜੀ ਨੂੰ ਐਲਕੀ ਹਲਕਾ ਆਤਮਨਗਰ ਤੋਂ ਜਿਤਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ MLA ਬਣਾਵਾਂਗੇ। ਬਰਾਦਰੀ ਲੁਧਿਆਣੇ ਦੀ ਅਸੀਂ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਵਾਂਗੇ। ਮੇਰੇ ਨਾਲ ਬੈਠੇ ਬੱਗਾ ਸਾਹਿਬ, ਨਾਲ ਬੈਠੇ ਸੁਰਿੰਦਰ ਜੀ LIC ਤੋਂ, ਅਤੇ ਅਸੀਂ ਲੁਥਰਾ ਬਰਾਦਰੀ ਅਤੇ ਕੰਡਾ ਬਰਾਦਰੀ ਅਸੀਂ ਵੱਧ ਤੋਂ ਵੱਧ ਕੁਲਵੰਤ ਸਿੱਧੂ ਨੂੰ ਵੋਟਾਂ ਪਾ ਕੇ ਹਲਕਾ ਆਤਮਨਗਰ ਤੋਂ MLA ਇਹਨਾਂ ਨੂੰ ਹੀ ਜਿਤਾਵਾਂਗੇ। ਕਾਂਗਰਸ ਛੱਡ ਕੇ ਆਮ ਪਾਰਟੀ ਦੀ ਸ਼ਾਮਲ ਹੋਏ, ਕਾਫੀ ਉਹਨਾਂ ਦੀ ਆਤਮਨਗਰ ਹਲਕੇ ਤੋਂ ਚਰਚਾ ਹੈ, ਕਿਹਦੇ ਨਾਲ ਤੁਸੀਂ ਉਹਦਾ ਮੁਕਾਬਲਾ ਸਮਝਦੇ ਹੋ? ਦੇਖੋ ਜੀ, ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਅਸੀਂ ਕਿਸੇ ਵਿਰੋਧ ਤਾਂ ਨਹੀਂ ਕਰ ਰਹੇ, ਸਾਡੀ ਜਿਹੜੀ ਪਾਰਟੀ ਦੇ ਕੰਮ ਕੀਤੇ ਹੋਏ ਜਨਤਾ ਨੂੰ ਸਭ ਪਤਾ ਹੈ। ਜੇ ਅੱਜ ਬਿਜਲੀ ਦੀ ਗੱਲ ਕਰੀਏ, ਜਿਹੜਾ ਅੱਜ ਕੇਜਰੀਵਾਲ ਕਹਿੰਦਾ 400 ਯੂਨਿਟ ਦਊਂਗਾ, ਸਭ ਤੋਂ ਪਹਿਲਾਂ ਜਿਹੜੀ ਬਿਜਲੀ ਫ੍ਰੀ ਕੀਤੀ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ SCBC ਭਾਈਚਾਰੇ ਦੀ 200 ਯੂਨਿਟ ਕੀਤੀ ਹੋਈ, ਤੁਹਾਨੂੰ ਪਤਾ ਹੋਊਗਾ। ਅਤੇ ਅੱਜ ਜਿਵੇਂ ਕਹਿੰਦੇ ਪਏ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਇੱਧਰ ਆਏ ਕੀ ਫਰਕ ਪਊਗਾ? ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਲੋਕਾਂ ਨੂੰ ਸਾਫ ਭਲੀ ਭਾਂਤੀ ਪਤਾ ਲੱਗ ਗਿਆ। ਆਮ ਆਦਮੀ ਪਾਰਟੀ ਜਿੰਨੇ ਵੀ ਵਰਕਰ ਜਾਂ ਉਹਨਾਂ ਦੇ ਹਲਕਾ ਇੰਚਾਰਜ ਜਾ ਰਹੇ ਆ, ਉਹ ਦੂਜੀਆਂ ਪਾਰਟੀਆਂ ਛੱਡ ਕੇ ਆ ਰਹੇ। ਉਹ ਕਿਉਂ ਆ ਰਹੇ ਆ? ਕਿ ਉਹਨਾਂ ਕੋਲ ਆਪਣੀ ਪਾਰਟੀ ਦਾ ਕੋਈ ਬੰਦਾ ਹੀ ਨਹੀਂ ਹੈਗਾ, ਉਹ ਆਮ ਆਦਮੀ ਪਾਰਟੀ ਨਹੀਂ ਹੈਗੀ, ਉਹਨੂੰ ਖਾਸ ਆਦਮੀ ਪਾਰਟੀ ਕਹਿ ਸਕਦੇ। ਸਰ, ਆਮ ਪਾਰਟੀ ਦੇ ਲੋਕ ਕਹਿ ਰਹੇ ਭਗਵੰਤ ਮਾਨ ਸੀਐਮ ਦਾ ਚਿਹਰਾ ਲੱਗਦਾ ਤੁਹਾਨੂੰ ਸੀਐਮ ਦਾ ਚਿਹਰਾ? ਉਹ ਜੀ, ਦਿਨੇ PK ਦਾ ਟੁੱਲ ਹੋਇਆ ਰਹਿੰਦਾ, ਤੁਸੀਂ ਦੇਖਣਾ ਪ੍ਰੈਸ ਭਾਈਚਾਰੇ ਨੇ, ਪ੍ਰੈਸ ਭਾਈਚਾਰਾ ਦਾ ਇੰਟਰਵਿਊ ਲੈ ਰਿਹਾ ਪਿਛਲੀ ਸੀਟ 'ਤੇ ਜਾ ਕੇ, ਕਿਵੇਂ ਕਮਲੇ ਵਾਂਗੂ ਲੰਬਾ ਪੈਂਦਾ ਜੀ, ਉਹ ਕਿੱਦਾਂ ਗੱਲਾਂ ਕਰਦਾ। ਇੱਕ ਦੋ ਦਿਨ 'ਚ ਖੁਲਾਸਾ ਹੋ ਜਾਣਾ ਤੁਹਾਡੇ ਸਾਹਮਣੇ, ਭਗਵੰਤ ਮਾਨ ਦਾ ਵੀ ਲੋਕ ਕੁਛ ਆਇਆ ਪਿਆ ਤੁਹਾਡੇ ਸਾਹਮਣੇ, ਤੁਸੀਂ ਆਪ ਦੇਖ ਲਿਓ ਜੀ। ਅਤੇ ਕੀ ਤੁਸੀਂ ਅਕਾਲੀ ਦਲ ਦੀ ਕਿਹਦੇ ਨਾਲ ਟੱਕਰ ਸਮਝਦੇ ਤੁਸੀਂ ਆਦਮੀ ਹਲਕੇ ਤੋਂ? ਅਸੀਂ ਸਮਝਦੇ ਹਾਂ ਕਿ ਜਿਹੜਾ ਇਸ ਟਾਈਮ ਅਕਾਲੀ ਦਲ ਦਾ ਬੋਲਬਾਲਾ, ਲੋਕਾਂ ਨੂੰ ਪਤਾ ਚੱਲਾ ਅਕਾਲੀ ਦਲ ਦੇ ਮੁਕਾਬਲੇ ਕਿਸੇ ਵੀ ਪਾਰਟੀ ਉਹ ਕੋਈ ਕੈਂਡੀਡੇਟ ਨਹੀਂ ਹੈਗਾ। ਔਰ ਅਕਾਲੀ ਦਲ ਦੀ ਅਸੀਂ 117 ਸੀਟਾਂ ਦੀ, ਬਹੁਜਨ ਸਮਾਜ ਪਾਰਟੀ ਨਾਲ ਕੇ 117 ਦੀ 117 ਸੀਟਾਂ ਜਿੱਤਾਂ। ਮੇਰਾ ਨਾਮ ਜੀ ਅਮਰ ਸਿੰਘ, ਕੰਡਾ। ਸਰ, ਕਾਫੀ ਸਮੇਂ ਤੋਂ ਤੁਸੀਂ ਕਾਂਗਰਸ ਨਾਲ ਤੁਰੇ ਹੋ, ਲੇਕਿਨ ਕਾਫੀ ਸਾਥ ਦਿੱਤਾ, ਲੇਕਿਨ ਅੱਜ ਤੁਸੀਂ ਆਮ ਪਾਰਟੀ ਦਾ ਕਿਉਂ ਚਿਹਰਾ ਚੁਣਿਆ? ਬਾਈ ਜੀ, ਸਾਨੂੰ ਕਾਂਗਰਸ ਨੇ ਕੁਛ ਵੀ ਨਹੀਂ ਦਿੱਤਾ ਹੈਗਾ। ਬਿਜਲੀ ਸਾਡੀ ਇੰਨੀ ਮਹਿੰਗੀ ਹੋ ਗਈ ਹੈ ਜੀ, ਖਾਣ ਨੂੰ ਇੰਨਾ ਕੁਛ, ਸਮਾਨ ਰਾਸ਼ਨ ਮਹਿੰਗਾ ਹੋ ਗਿਆ, ਬੱਚੇ ਕਿੱਥੋਂ ਪਾਲੀਏ? ਅਸੀਂ ਹੁਣ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਜਿਤਾਵਾਂਗੇ, ਕੇਜਰੀਵਾਲ ਜੀ ਦਾ ਸੁਪਨਾ ਪੂਰਾ ਕਰਾਂਗੇ।